प्यारे विद्यार्थियों, अज की क्लास च तुहाडा बहुत बहुत स्वागत है। अज असी तुहाडी 11वीं जमात विशा अर्थशास्त्र ते लैसन बहुत ही इंपॉर्टेंट लैसन है, भारत विच 5 साला योजनावां अते नीति आयोग, इहदे बारे आपां विचार चर्चा करांगे। टॉपिक आपां किहड़े किहड़े डिस्कस करने आ, इहदे सब तो पहला आपां आर्थिक नियोजन है की है इहदे बारे गलबात करांगे। उस तो बाद आपां नूं योजनावां दी लोड़ क्यों पई, आपां योजनावां क्यों बनाईआं, सरकार ने योजनावां क्यों बनाईआं, योजना आयोग की है, योजना आयोग तुहानूं पता ही है, योजना आयोग की स्थापना की गई सी 1950 दे विच, ताकि देश की जिहड़ा देश नूं आर्थिक विकास दीआं लीहां उत्ते तोरन वास्ते सरकार ने योजना आयोग एक संस्था बनाई सी। तां उहने ही जिहड़ियां 5 साला योजनावां बनाईआं जिहड़ियां कि 2017 तक चलीआं, तां उहनां 5 साला योजनावां बारे जिहड़ा आपां गल्लबात करांगे। फिर आपां देखांगे कि जिहड़ियां योजनावां बनाईआं गईआं उह किस मकसद दे नाल बनाईआं गईआं, उहनां योजनावां दे की उद्देश सी, ਵੀ ਅਸੀਂ ਦੇਸ਼ ਦੇ ਵਿੱਚ ਦੇਸ਼ ਨੂੰ ਆਰਥਿਕ ਵਿਕਾਸ ਦੀਆਂ ਲੀਹਾਂ 'ਤੇ ਤੋਰਨ ਵਾਸਤੇ ਕੀ ਕਰਨਾ ਪਊਗਾ ਸਾਨੂੰ, ਇਹ ਉਦੇਸ਼ ਹੋ ਜਾਂਦੇ ਯੋਜਨਾਵਾਂ ਦੇ, ਇਹਨਾਂ ਬਾਰੇ ਡਿਸਕਸ ਕਰਾਂਗੇ। ਫਿਰ ਆਪਾਂ ਇਹ ਦੇਖਾਂਗੇ ਕਿ ਜਿਹੜੀਆਂ ਯੋਜਨਾਵਾਂ ਬਣਾਈਆਂ ਗਈਆਂ ਉਹ ਕਿੱਥੋਂ ਤੱਕ ਸਫਲ ਰਹੀਆਂ, ਅਸੀਂ ਕਿੱਥੋਂ ਤੱਕ ਕਾਮਯਾਬ ਰਹੇ। ਉਸ ਤੋਂ ਬਾਅਦ ਆਪਾਂ ਇਹ ਦੇਖਾਂਗੇ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ 'ਚ ਅਸੀਂ ਅਸਫਲ ਰਹੇ ਹਾਂ, ਵੀ ਭਾਵੇਂ ਅਸੀਂ ਯੋਜਨਾਵਾਂ ਬਣਾਈਆਂ ਪਰ ਬਹੁਤ ਸਾਰੀਆਂ ਚੀਜ਼ਾਂ ਆਪਾਂ ਪ੍ਰਾਪਤ ਨਹੀਂ ਕਰ ਸਕੇ, ਬਹੁਤ ਸਾਰੀਆਂ ਚੀਜ਼ਾਂ 'ਚ ਅਸੀਂ ਕਾਮਯਾਬ ਨਹੀਂ ਹੋ ਸਕੇ। ਉਸ ਤੋਂ ਬਾਅਦ ਫਿਰ ਗੱਲ ਕਰਾਂਗੇ ਆਪਾਂ ਨੀਤੀ ਆਯੋਗ ਬਾਰੇ। ਨੀਤੀ ਆਯੋਗ ਮਤਲਬ ਪਹਿਲਾਂ ਯੋਜਨਾ ਆਯੋਗ ਬਣਿਆ ਸੀ, ਉਸ ਤੋਂ ਬਾਅਦ ਨੀਤੀ ਆਯੋਗ। ਯੋਜਨਾ ਆਯੋਗ ਜਿਹੜਾ ਸੀ 1950 'ਚ ਬਣਿਆ ਸੀ ਅਤੇ ਨੀਤੀ ਆਯੋਗ ਜਿਹੜਾ ਉਹ 2015 'ਚ, ਅਤੇ ਉਹ ਮਤਲਬ ਇੱਕ ਦੂਜੇ ਨਾਲ ਰਿਪਲੇਸ ਕਰਤੇ ਗਏ ਸੀ। ਯੋਜਨਾ ਆਯੋਗ ਨੂੰ ਖਤਮ ਕਰਕੇ ਬਾਅਦ ਵਿੱਚ ਨੀਤੀ ਆਯੋਗ ਜਿਹੜਾ ਬਣਾਇਆ ਗਿਆ ਸੀ ਸਾਡੇ ਜਿਹੜੇ ਮੌਜੂਦਾ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੁਆਰਾ। ਹੁਣ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਆਰਥਿਕ ਨਿਯੋਜਨ ਹੈ ਕੀ ਹੈ। ਦੇਖੋ ਬੱਚੇ ਕਿ ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਪਲੈਨਿੰਗ ਦੀ ਲੋੜ ਪੈਂਦੀ ਹੈ। ਕੋਈ ਵੀ ਜਦੋਂ ਕੋਈ ਵਿਅਕਤੀ ਕੰਮ ਸ਼ੁਰੂ ਕਰਦਾ ਆ ਤਾਂ ਉਹਨੂੰ ਯੋਜਨਾ ਬਣਾਉਣੀ ਪੈਂਦੀ ਹੈ ਤਾਂ ਕਿ ਉਹ ਕੰਮ ਵਿੱਚ ਉਸ ਕੰਮ ਨੂੰ ਕਰਨ ਦੇ ਵਿੱਚ ਸਫਲ ਹੋ ਜਾਵੇ, ਯਾਨੀ ਕਿ ਜਿਹੜਾ ਉਹਨੇ ਟੀਚਾ ਮਿੱਥਿਆ ਉਹ ਪੂਰਾ ਹੋ ਜਾਵੇ, ਤਾਂ ਉਹਦੇ ਵਾਸਤੇ ਇੱਕ ਪਲੈਨਿੰਗ ਕਰਦਾ। ਇਸੇ ਤਰ੍ਹਾਂ ਜਿਸ ਤਰ੍ਹਾਂ ਇੱਕ ਵਿਦਿਆਰਥੀ ਆ, ਵਿਦਿਆਰਥੀ ਵੀ ਚੰਗੇ ਅੰਕ ਪ੍ਰਾਪਤ ਕਰਨ ਵਾਸਤੇ ਪ੍ਰੀਖਿਆਵਾਂ ਦੇ ਵਿੱਚ ਵਧੀਆ ਅੰਕ ਪ੍ਰਾਪਤ ਕਰਨ ਵਾਸਤੇ ਉਹ ਸ਼ੁਰੂ ਤੋਂ ਹੀ ਮਿਹਨਤ ਕਰਦਾ, ਸਾਰਾ ਸਾਲ ਮਿਹਨਤ ਕਰਦਾ, ਆਪਣਾ ਇੱਕ ਸ਼ਡਿਊਲ ਤਿਆਰ ਕਰਦਾ, ਇੱਕ ਟਾਈਮ ਟੇਬਲ ਤਿਆਰ ਕਰਦਾ ਕਿ ਰੋਜ਼ ਉਹਨੇ ਕਿੰਨਾ ਕਿੰਨਾ ਸਮਾਂ ਪੜ੍ਹਾਈ ਨੂੰ ਦੇਣਾ, ਤਾਂ ਉਹ ਪੂਰੀ ਪਲੈਨਿੰਗ ਕਰਦਾ, ਉਹ ਵੀ ਇੱਕ ਯੋਜਨਾ ਹੈ। ਇਸੇ ਤਰ੍ਹਾਂ ਇੱਕ ਪਰਿਵਾਰ ਦੇ ਵਿੱਚ ਜਿਹੜੇ ਪੇਰੈਂਟਸ ਆ, ਮਾਪੇ ਆ, ਉਹ ਵੀ ਪਲੈਨਿੰਗ ਕਰਦੇ ਆ, ਉਹ ਆਪਣੇ ਖਰਚ ਦੀ ਪਲੈਨਿੰਗ ਕਰਦੇ ਆ ਜਾਂ ਹੋਰ ਕਈ ਤਰ੍ਹਾਂ ਦੀ ਪਲੈਨਿੰਗ ਕਰਦੇ ਵੀ ਪਰਿਵਾਰ ਨੂੰ ਕਿਵੇਂ ਚਲਾਉਣਾ ਆ। ਇਸੇ ਤਰ੍ਹਾਂ ਇੱਕ ਅਧਿਆਪਕ ਆ, ਅਧਿਆਪਕ ਵੀ ਇੱਕ ਜਿਹੜਾ ਉਹ ਪਲੈਨਿੰਗ ਕਰਦਾ ਆ ਕਿ ਕਿਵੇਂ ਵਿਦਿਆਰਥੀਆਂ ਨੂੰ ਰੋਜ਼ ਜਿਹੜਾ ਲੈਸਨ ਪਲੈਨ ਤਿਆਰ ਕਰਕੇ ਜਾਂਦਾ ਬੱਚਿਆਂ ਨੂੰ ਪੜ੍ਹਾਉਣ ਤੋਂ ਪਹਿਲਾਂ, ਨਾ ਉਹਨੇ ਪਲੈਨ ਕਰਨਾ ਹੁੰਦਾ, ਸਾਰਾ ਸਿਲੇਬਸ ਉਹਨੇ ਪਲੈਨ ਕਰਨਾ ਹੁੰਦਾ ਆ ਕਿ ਹਰ ਮਹੀਨੇ ਕੀ ਪੜ੍ਹਾਉਣਾ ਆ ਅਤੇ ਆਪਾਂ ਸਿਲੇਬਸ ਨੂੰ ਕਿਵੇਂ ਖਤਮ ਕਰਨਾ ਹੈ। ਤੋ ਇਹ ਜਿਹੜੀ ਪਲੈਨਿੰਗ ਹੈ, ਇਸ ਤਰ੍ਹਾਂ ਜਿਸ ਤਰ੍ਹਾਂ ਇੱਕ ਹਰ ਵਿਅਕਤੀ, ਹਰ ਵਿਦਿਆਰਥੀ, ਹਰ ਪਰਿਵਾਰ, ਮਤਲਬ ਹਰ ਇੱਕ ਬੰਦੇ ਵਾਸਤੇ ਇੱਕ ਪਲੈਨਿੰਗ ਦੀ ਲੋੜ ਹੈ, ਉਸੇ ਤਰ੍ਹਾਂ ਹੀ ਇੱਕ ਦੇਸ਼ ਨੂੰ ਵੀ ਪਲੈਨਿੰਗ ਦੀ ਲੋੜ ਹੁੰਦੀ, ਦੇਸ਼ ਨੂੰ ਚਲਾਉਣ ਵਾਸਤੇ, ਦੇਸ਼ ਨੂੰ ਵਿਕਾਸ ਦੀਆਂ ਜਿਹੜੀਆਂ ਲੀਹਾਂ 'ਤੇ ਤੋਰਨ ਵਾਸਤੇ ਇੱਕ ਪਲੈਨਿੰਗ ਦੀ ਲੋੜ ਹੁੰਦੀ, ਤਾਂ ਕਿ ਦੇਸ਼ ਦਾ ਆਰਥਿਕ ਵਿਕਾਸ ਵਧੀਆ ਤਰੀਕੇ ਨਾਲ ਹੋ ਸਕੇ, ਦੇਸ਼ ਵਧੀਆ ਤਰੀਕੇ ਨਾਲ ਚੱਲ ਸਕੇ, ਦੇਸ਼ 'ਚੋਂ ਜਿਹੜੀ ਹਰ ਸਮੱਸਿਆ ਉਹਨੂੰ ਦੂਰ ਕੀਤਾ ਜਾ ਸਕੇ, ਇਹਦੇ ਵਾਸਤੇ ਪਲੈਨਿੰਗ ਕਰਨੀ ਬਹੁਤ ਜ਼ਰੂਰੀ ਹੈ। ਅਤੇ ਯੋਜਨਾ ਆਯੋਗ ਦੇ ਅਨੁਸਾਰ ਜਿਹੜਾ ਆ ਉਹ ਮਤਲਬ ਕਿ ਆਰਥਿਕ ਨਿਯੋਜਨ ਦਾ ਕੀ ਅਰਥ ਹੈ ਅਤੇ ਯੋਜਨਾ ਆਯੋਗ ਇਹਦੇ ਬਾਰੇ ਕੀ ਕਹਿੰਦਾ। ਲਿਖਿਆ ਕਿ ਆਰਥਿਕ ਨਿਯੋਜਨ ਦਾ ਅਰਥ ਹੈ ਕਿ ਰਾਸ਼ਟਰੀ ਪ੍ਰਾਥਮਿਕਤਾ ਦੇ ਅਨੁਸਾਰ ਦੇਸ਼ ਦੇ ਸਾਧਨਾਂ ਦਾ ਵੱਖ ਵੱਖ ਵਿਕਾਸਾਤਮਕ ਗਤੀਵਿਧੀਆਂ ਵਿੱਚ ਇਸਤੇਮਾਲ ਕਰਨਾ। ਇਹਦਾ ਮਤਲਬ ਇਹ ਹੈ ਕਿ ਰਾਸ਼ਟਰੀ ਪ੍ਰਾਥਮਿਕਤਾ ਦਾ ਬੱਚੇ ਮਤਲਬ ਇਹ ਆ ਕਿ ਜਿਸ ਤਰ੍ਹਾਂ ਕਿਹੜਾ ਕਿਹੜਾ ਕੰਮ ਪਹਿਲਾਂ ਕਰਨਾ। ਹੁਣ ਇੱਕ ਦੇਸ਼ ਨੂੰ ਵੀ ਬੜੇ ਕੰਮ ਕਰਨੇ ਪੈਂਦੇ ਨਾ, ਕਿਹੜੇ ਕਿਹੜੇ ਕੰਮ ਕਿਹੜਾ ਕਿਹੜਾ ਕੰਮ ਪਹਿਲਾਂ ਕਰਨਾ, ਕਿਹੜਾ ਬਾਅਦ 'ਚ, ਜਿਵੇਂ
खेती का भी विकास करना, उद्योगों का भी विकास करना, गरीबी भी दूर करना, सिक्ख्या का भी प्रचार प्रसार करना, बेरोजगारी दूर करना, तो इस तरह के बहुत सारे काम एक देश लई भी ठीक है उहदे वास्ते जिहड़ा एक जिहड़ी वेखना पैंदा कि पहला किहड़ा काम करना उहनूं कहिंदे राष्ट्रीय प्राथमिकता। तो वह उहदे हिसाब नाल देखना पैंदा नाल देश दे विच साधन किहड़े किन्ने कि साडे कोल साधन है, जे मान लो उद्योगां दा विकास करना तो उहदे वास्ते साडे कोल किहड़े किहड़े साधन, खेती का विकास करना तो किहड़े किहड़े साधन, गरीबी नूं दूर करना तो वह किहड़े किहड़े तरीके, किहड़े किहड़े साधन दे नाल असीं गरीबी नूं दूर कर सकते हैं ठीक है। तो ये सारिया मतलब ये जिन्हें भी अपने को रिसोर्स है हिसाब न जरा यह वेखना पैंदा है कि कहड़ी चीज़ रिसोर्स पहला कि लाना, पहला जिम्मे खेती का विकास करना, उद्योगों का विकास करना, तो उस हिसाब न डेफिनेशन जी दिती गई है कि आर्थिक नियोजन का अर्थ है राष्ट्रीय प्राथमिकता के अनुसार देश के साधना का वक् वक् विकासात्मक गतिविधियों में इस्तेमाल करना। मतलब ए कह लो कि देश के साधन ध्यान दे रख के देश का विकास करना कि पहला किहड़ा काम करना उस तो बाद किहड़ा काम करना है, तो इनू ही जिहड़ा आर्थिक नियोजन कहिंदे ने। आपां इस जिहड़ी डायग्राम तुसीं देख रहे हो इहदे तो आपां समझण की कोशिश करते हैं कि आर्थिक नियोजन का की अर्थ है। हुण तुहानूं बहुत चंगी तरह बेटे समझ लगेगी। देखो एक सिस्टम है, यह तुसीं ते पंज बॉक्सिस देख रहे हो, प्रक्रिया एक प्रक्रिया आ, एक सिस्टम है जिदे च एक सेंटर लैवल की अथॉरिटी होंगी है, केंद्रीय जिन्हों कहते योजना अधिकारी। तो की होंगे कि केंद्रीय योजना अधिकारी हो गया, एक सिस्टम हो गया, तो उद्देश जिहड़े आ निर्धारित किए जाते हैं। उद्देश निर्धारित करने का मतलब ये भी टारगेट आपां करना की है ठीक है ना, कि देश ने की करना, किहड़े किहड़े काम है, किहड़े किहड़े उद्देश है जिहड़े प्राप्त करने आ, गरीबी नूं दूर करना आ, अनपढ़ता नूं दूर करना है ठीक है, फिर जनसंख्या दे कंट्रोल करना, खेती का विकास करना, उद्योगों का विकास करना, अमीरी गरीबी के पाड़े नूं खत्म करना, कीमतों पर कंट्रोल करना, ये सारे की है उद्देश निर्धारित किए जाते। एक देश जिहड़ा आ ये वाले जिहड़े आ उहदे सामने उद्देश हुंदे आ, ते जिहड़ा आर्थिक नियोजन दे विच जिहड़ा केंद्रीय योजना अधिकारी है ठीक है जी, जिहदी ड्यूटी लाई है देश के विकास नूं लीहां ते तोरना ठीक है, वो की करता है केंद्रीय योजना अधिकारी, वह उद्देश जिहड़े आ वह टारगेट मिथ लैंदा है भी आपां करना की है। उस तो बाद देखो अगला हैगा उद्देशां की प्राप्ति लई योजना बनाउणा, फिर यह देखा जाता भी आपां उद्देश ते निर्धारित कर ले आ भी आपां खेती का विकास करना, उद्योगों का विकास करना, गरीबी नूं दूर करना है, तो उद्देशां की प्राप्ति लई हुण आपां योजना की बनाउणी है, प्लैनिंग की करनी है, पॉलिसी की बनाउणी है ठीक है ना, ता ही वो उद्देश प्राप्त होणगे। मैं तुहानू एक चीज समझाउणा, देखो जे मान लो जो आप देखते हैं कि देश दे विच आपां खेती का विकास करना, यह मान लो एक उद्देश हो गया, उद्देश निर्धारित कर दिता ठीक है केंद्रीय योजना अधिकारी ने, कर दिता उद्देश निर्धारित। हुण उद्देश ते निर्धारित हो गया, इहदे वास्ते हुण मान लो खेती का विकास करना तो फिर की करना पऊगा आपां, योजना तो यही ना भी करना की पएगा। ਇਹਦੇ ਵਾਸਤੇ ਵੇਖੋ ਕਿਸਾਨਾਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਸਹੂਲਤਾਂ ਦੇਣੀਆਂ ਪੈਣਗੀਆਂ, ਕਰਜ਼ੇ ਦੇਣੇ ਪੈਣਗੇ ਠੀਕ ਹੈ, ਹੋਰ ਸਸਤੀ ਬਿਜਲੀ ਦੇਣੀ ਪਏਗੀ, ਸਸਤੀਆਂ ਖਾਦਾਂ ਮਸ਼ੀਨਾਂ ਪ੍ਰੋਵਾਈਡ ਕਰਾਉਣੀਆਂ ਪੈਣੀਆਂ ਸਸਤੀਆਂ, ਤਾਂ ਹੀ ਖੇਤੀ ਦਾ ਵਿਕਾਸ ਹੋਵੇਗਾ। ਹੁਣ ਇਹ ਯੋਜਨਾ ਤਾਂ ਬਣ ਗਈ ਵੀ ਕਿਸਾਨਾਂ ਨੂੰ ਸਹੂਲਤਾਂ ਵੱਖ ਵੱਖ ਦੇਣੀਆਂ, ਮੰਨ ਲਓ ਜੇ ਬਿਜਲੀ ਦੇਣੀ ਹੈ ਕਿਸਾਨਾਂ ਨੂੰ, ਆਪਾਂ ਕਹਿੰਦੇ ਕਿ ਫ੍ਰੀ ਬਿਜਲੀ ਦੇਣੀ ਹੈ, ਉਦੇਸ਼ ਦੀ ਪ੍ਰਾਪਤੀ ਕਰਨੀ। ਹੁਣ ਖੇਤੀ ਦਾ ਆਪਣਾ ਮੰਨ ਲਓ ਖੇਤੀ ਜਿਹੜਾ ਆ ਖੇਤੀ ਦਾ ਵਿਕਾਸ ਕਰਨਾ, ਇਹ ਆਪਣਾ ਉਦੇਸ਼ ਨਿਰਧਾਰਿਤ ਹੋ ਗਿਆ। ਇੱਕ ਉਦੇਸ਼ ਦੀ ਤੁਹਾਨੂੰ ਮੈਂ ਉਦਾਹਰਨ ਦੱਸ ਰਿਹਾ ਪਹਿਲਾਂ ਠੀਕ ਹੈ, ਤੋ ਉਹਦੇ ਵਾਸਤੇ ਆਪਾਂ ਨੂੰ ਇਹ ਵੀ ਕਿਸਾਨਾਂ ਨੂੰ ਹੁਣ ਸਹੂਲਤਾਂ ਦੇਣੀਆਂ ਪੈਣੀਆਂ ਸਾਰੀਆਂ ਜਿੰਨੀਆਂ ਵੀ ਹੈਗੀਆਂ। ਹੁਣ ਮੰਨ ਲਓ ਕਿਸਾਨਾਂ ਨੂੰ ਬਿਜਲੀ ਦੇਣੀ ਹੈ, ਹੁਣ ਬਿਜਲੀ ਜਿਹੜੀ ਉਹ ਕਿੱਥੋਂ ਆਏਗੀ? ਬਿਜਲੀ ਦੇਖੋ ਬਿਜਲੀ ਤੋਂ ਸਮਾਨ ਤੋਂ ਥੋੜ੍ਹਾ ਡਿੱਗਣੀ ਹੈ, ਉਹ ਬਿਜਲੀ ਨੂੰ ਬਣਾਉਣਾ ਪੈਣਾ। ਜੇ ਫ੍ਰੀ ਬਿਜਲੀ ਦੇਣੀ ਹੈ ਸਾਰੇ, ਵੇਖੋ ਮੰਨ ਲਓ ਦੇਸ਼ ਨੂੰ ਬਿਜਲੀ ਫ੍ਰੀ ਦੇਣੀ ਹੈ ਠੀਕ ਹੈ, ਕਿਸੇ ਰਾਜ ਨੂੰ ਬਿਜਲੀ ਫ੍ਰੀ ਦੇਣੀ ਹੈ, ਤਾਂ ਬਿਜਲੀ ਕਿੱਥੋਂ ਆਉਣੀ ਹੈ, ਉਹਨੂੰ ਪੈਦਾ ਕਰਨਾ ਪਊਗਾ। ਤੇ ਬਿਜਲੀ ਕਿਵੇਂ ਪੈਦਾ ਹੁੰਦੀ ਹੈ? ਪਾਣੀ ਤੋਂ ਜਾਂ ਕੋਲੇ ਤੋਂ ਠੀਕ ਹੈ ਜੀ। ਤੇ ਹੁਣ ਇਹ ਕੀ ਹੋ ਗਿਆ, ਆਪਣਾ ਪਾਣੀ ਹੋ ਗਿਆ ਜਾਂ ਕੋਲਾ ਹੋ ਗਿਆ ਸਾਧਨ ਆ। ਹੁਣ ਦੇਸ਼ ਨੂੰ ਇਹ ਵੀ ਧਿਆਨ ਦੇ ਵਿੱਚ ਰੱਖਣਾ ਪੈਣਾ, ਉਸ ਯੋਜਨਾ ਅਧਿਕਾਰੀ ਨੂੰ ਇਹ ਵੀ ਧਿਆਨ 'ਚ ਰੱਖਣਾ ਪੈਂਦਾ ਵੀ ਮੈਂ ਉਦੇਸ਼ ਨਿਰਧਾਰਿਤ ਕਰ ਲਿਆ ਵੀ ਖੇਤੀ ਦਾ ਵਿਕਾਸ ਕਰਨਾ ਆ, ਉਹਦੇ ਵਾਸਤੇ ਕਿਸਾਨਾਂ ਨੂੰ ਸਹੂਲਤਾਂ ਦੇਣੀਆਂ। ਮੰਨ ਲਓ ਕਿਸਾਨਾਂ ਨੂੰ ਬਿਜਲੀ ਦੇਣੀ ਆ, ਤਾਂ ਬਿਜਲੀ ਵਾਸਤੇ ਸਾਧਨ ਹੈਗੇ ਆਪਣੇ ਕੋਲ ਸਾਧਨ। ਹੁਣ ਸਾਧਨ ਕੀ ਹੈ?
ਸਾਧਨ ਤੇ ਮਤਲਬ ਉਹ ਬਿਜਲੀ ਜਿਹੜੀ ਹੈਗੀ ਹੈ, ਬਿਜਲੀ ਮੰਨ ਲਓ ਇੱਕ ਸਾਧਨ ਤੁਸੀਂ ਕਿਹਾ, ਬਿਜਲੀ ਆਉਣੀ ਕਿੱਥੋਂ ਆ? ਉਹਦੇ ਵਾਸਤੇ ਫਿਰ ਪਾਣੀ ਸਾਨੂੰ ਕੋਲਾ ਸਾਡੇ ਕੋਲ ਹੈਗਾ ਸਾਧਨ ਦੇ ਰੂਪ ਦੇ ਵਿੱਚ, ਪਾਣੀ ਹੈਗਾ ਕੋਲਾ ਹੈਗਾ। ਮੰਨ ਲਓ ਜਿੱਥੇ ਆਪਾਂ ਡੈਮ ਬਣਾਏ ਨੇ ਬਿਜਲੀ ਪੈਦਾ ਕਰਨ ਵਾਸਤੇ, ਕਿੰਨੇ ਆਪਣੇ ਕੋਲ ਦੇਸ਼ ਦੇ ਵਿੱਚ ਕਿੱਥੇ ਕਿੱਥੇ ਡੈਮ ਬਣਾਏ ਨੇ, ਜਿਹਦੇ ਨਾਲ ਜਿਹੜੇ ਆ ਪ੍ਰੋਜੈਕਟ ਕਿੱਥੇ ਕਿੱਥੇ ਲਾਏ ਨੇ ਜਿੱਥੋਂ ਬਿਜਲੀ ਪੈਦਾ ਹੋਏਗੀ। ਤੋ ਉਹ ਸਾਧਨ ਵੀ ਸਾਰੇ ਧਿਆਨ ਚ ਰੱਖਣੇ ਪੈਂਦੇ ਆ, ਠੀਕ ਹੈ? ਜੇ ਕਿਸਾਨਾਂ ਨੂੰ ਮਤਲਬ ਮੰਨ ਲਓ ਕਿਸਾਨਾਂ ਨੂੰ ਸਹੂਲਤਾਂ ਦੇਣੀਆਂ ਵੱਖ ਵੱਖ, ਤਾਂ ਉਹਦੇ ਵਾਸਤੇ ਹੁਣ ਮਤਲਬ ਕਰਜ਼ੇ ਦੇਣੇ, ਪੈਸਾ ਚਾਹੀਦਾ, ਉਹ ਪੈਸਾ ਕਿੱਥੋਂ ਆਊਗਾ? ਹੁਣ ਪੈਸਾ ਵੀ ਮੰਨ ਲਓ, ਪੈਸਾ ਵੀ ਤਾਂ ਕਿਤੋਂ ਆਉਣਾ ਹੀ ਆ, ਪੈਸਾ ਹੁਣ ਕਿਤੋਂ ਉੱਤੋਂ ਥੋੜਾ ਡਿੱਗਣਾ, ਉਹ ਵੀ ਇੱਕ ਸਾਧਨ ਹੈ। ਪੈਸਾ ਸਾਧਨ ਹੈ, ਪਾਣੀ ਵੀ ਸਾਧਨ ਹੈ, ਕੋਲਾ ਸਾਧਨ ਹੈ, ਠੀਕ ਹੈ? ਤੋ ਇਹ ਸਾਰੇ ਸਾਧਨਾਂ ਨੂੰ ਵੀ ਧਿਆਨ ਚ ਰੱਖਿਆ ਜਾਂਦਾ ਵੀ ਆਪਣੇ ਕੋਲ ਸਾਧਨ ਹੈ ਕੀ ਹੈ, ਜੇ ਆਪਾਂ ਖੇਤੀ ਦਾ ਵਿਕਾਸ ਕਰਨਾ ਚਾਹੁੰਦੇ ਤੇ ਆਪਣੇ ਕੋਲ ਕੀ ਰਿਸੋਰਸਸ ਹੈਗੇ। ਇਸ ਤਰ੍ਹਾਂ ਹੀ ਮੰਨ ਲਓ ਜੇ ਆਪਾਂ ਦੇਸ਼ ਚੋਂ ਅਨਪੜ੍ਹਤਾ ਨੂੰ ਖਤਮ ਕਰਨਾ ਚਾਹੁੰਦੇ ਹਾਂ, ਇਹ ਅਨਪੜ੍ਹਤਾ ਨੂੰ ਦੂਜੀ ਚੀਜ਼ ਮੈਂ ਲੈ ਰਿਹਾ ਬੇਟਾ, ਹੁਣ ਉਦੇਸ਼ ਮੰਨ ਲਓ ਦੂਜਾ ਆਪਾਂ ਯੋਜਨਾ ਅਧਿਕਾਰੀ ਨੇ ਦੂਸਰਾ ਇੱਕ ਉਦੇਸ਼ ਲੈ ਲਿਆ ਨਿਰਧਾਰਿਤ ਕਰਤਾ ਵੀ ਅਨਪੜ੍ਹਤਾ ਨੂੰ ਅਸੀਂ ਦੇਸ਼ ਦੇ ਵਿੱਚੋਂ ਖਤਮ ਕਰਨਾ। ਹੁਣ ਅਨਪੜ੍ਹਤਾ ਨੂੰ ਖਤਮ ਕਰਨ ਵਾਸਤੇ ਉਦੇਸ਼ ਦੀ ਪ੍ਰਾਪਤੀ ਲਈ ਯੋਜਨਾ ਯੋਜਨਾ ਕੀ ਬਣਾਉਣੀ ਆ? ਅਨਪੜ੍ਹਤਾ ਨੂੰ ਖਤਮ ਕਰਨਾ ਤੇ ਵੀ ਸਕੂਲ ਕਾਲਜ ਵੱਧ ਤੋਂ ਵੱਧ ਹੋਣੇ ਚਾਹੀਦੇ ਆ, ਠੀਕ ਹੈ? ਦਾਖਲੇ ਵਧਾਏ ਜਾਣ, ਟੀਚਰ ਭਰਤੀ ਕੀਤੇ ਜਾਣ। ਤੋ ਮਤਲਬ ਅਨਪੜ੍ਹਤਾ ਨੂੰ ਦੂਰ ਕਰਨ ਵਾਸਤੇ ਜਿਹੜੇ ਆਪਾਂ ਸਕੂਲ ਕਾਲਜ ਖੁੱਲ੍ਹੇ ਉਹਦੇ ਵਿੱਚ ਆਪਾਂ ਨੂੰ ਟੀਚਰ ਚਾਹੀਦੇ ਨੇ ਨਾ, ਉਹ ਕੀ ਆ? ਮਨੁੱਖੀ ਸਾਧਨ ਹੈ, ਫਿਰ ਉਹਦੀ ਉਹਨਾਂ ਦੀ ਭਰਤੀ ਕਰਨੀ ਪਊਗੀ। ਤੋ ਠੀਕ ਹੈ ਨਾ, ਇੱਕ ਸਾਧਨ ਹੈ, ਵੇਖੋ ਸਾਧਨ ਵੀ ਚਾਹੀਦੇ ਆ ਕਿਸੇ ਵੀ ਕੰਮ ਕਰਨ ਨੂੰ, ਕਿਸੇ ਵੀ ਯੋਜਨਾ ਨੂੰ ਨੇਪਰੇ ਚਾੜਨ ਵਾਸਤੇ ਆਪਾਂ ਨੂੰ ਸਾਧਨ ਚਾਹੀਦੇ ਆ। ਆਪਾਂ ਉਦੇਸ਼ ਤੇ ਮਿੱਥਲੇ ਆਹ ਕੰਮ ਕਰਨਾ, ਆਹ ਕੰਮ ਕਰਨਾ, ਆਹ ਕੰਮ ਕਰਨਾ, ਪਰ ਉਹਦੇ ਵਾਸਤੇ ਸਾਧਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਹੀ ਮਤਲਬ ਕੀਮਤਾਂ ਨੂੰ ਜੇਕਰ ਕੰਟਰੋਲ ਕਰਨਾ ਤੇ ਉਹਦੇ ਵਾਸਤੇ ਵੀ ਪਲੈਨਿੰਗ ਕਰਨੀ ਪੈਂਦੀ ਹੈ। ਅਮੀਰੀ ਗਰੀਬੀ ਦੇ ਪਾੜੇ ਨੂੰ ਦੂਰ ਕਰਨਾ, ਉਹਦੇ ਵਾਸਤੇ ਵੀ ਜਿਹੜੀ ਆ ਪਲੈਨਿੰਗ ਕਰਨੀ ਪੈਂਦੀ। ਤੋ ਕੇਂਦਰੀ ਯੋਜਨਾ ਅਧਿਕਾਰੀ ਨੂੰ ਵੱਖ ਵੱਖ ਤਰ੍ਹਾਂ ਦੇ ਜਿਹੜੇ ਉਦੇਸ਼ ਨਿਰਧਾਰਿਤ ਕਰਨੇ ਪੈਂਦੇ ਆ, ਤੇ ਉਦੇਸ਼ਾਂ ਦੀ ਪ੍ਰਾਪਤੀ ਲਈ ਪਲੈਨਿੰਗ ਜਿਹੜੀ ਆ ਉਹ ਯੋਜਨਾ ਬਣਾਉਣੀ ਪੈਂਦੀ ਆ। ਤਾਂ ਵੇਖਣਾ ਪੈਂਦਾ ਨਾਲੇ ਵੀ ਕਿ ਉਹਦੇ ਵਾਸਤੇ ਸਾਧਨ ਕਿਹੜੇ ਕਿਹੜੇ ਆ, ਠੀਕ ਹੈ? ਕਿ ਸਾਡੇ ਕੋਲ ਸਾਧਨ ਹੈਗੇ ਆ, ਹੈ? ਕਿਸਾਨਾਂ ਨੂੰ ਜੇਕਰ ਮੰਨ ਲਓ ਬਿਜਲੀ ਦੇਣੀ, ਉਸ ਤੇ ਪਾਣੀ ਕੋਲਾ ਹੈਗਾ ਜਿੱਥੋਂ ਬਿਜਲੀ ਪੈਦਾ ਹੋਣੀ ਹੈ, ਅਨਪੜ੍ਹਤਾ ਨੂੰ ਦੂਰ ਕਰਨਾ ਆ, ਤੇ ਸਕੂਲਾਂ ਕਾਲਜਾਂ ਤੇ ਆਪਾਂ ਨੂੰ ਟੀਚਰਾਂ ਦੀ ਭਰਤੀ ਚਾਹੀਦੀ ਆ, ਕਿ ਉਹ ਟੀਚਰਸ ਆਪਣੇ ਕੋਲ ਹੈਗੇ ਨੇ, ਕਿ ਆਪਾਂ ਭਰਤੀ ਉਹ ਕਰਨੇ ਆ, ਉਹਨਾਂ ਨੂੰ ਪੈਸੇ ਵੀ ਦੇਣੇ, ਉਹ ਕਿੱਥੋਂ ਆਉਣਗੇ? ਫਿਰ ਜੇ ਗਰੀਬੀ ਨੂੰ ਦੂਰ ਕਰਨਾ ਤੇ ਉਹਦੇ ਵਾਸਤੇ ਨੌਕਰੀਆਂ ਵਗੈਰਾ ਕੱਢਣੀਆਂ ਪੈਣੀਆਂ, ਠੀਕ ਹੈ? ਜਾਂ ਲੋਕਾਂ ਨੂੰ ਕਰਜ਼ੇ ਦੇਣੇ ਪੈਣੇ ਆ, ਕੀ ਸਾਡੇ ਖਜ਼ਾਨੇ 'ਚ ਪੈਸੇ ਹੈਗੇ ਆ? ਤੋ ਸਾਧਨ ਵੀ ਨਾਲੋ ਨਾਲ ਹੀ ਸਾਰੇ ਦੇਖਣੇ ਪੈਂਦੇ ਆ। ਤਾਂ ਇਹਨਾਂ ਨੂੰ ਫਿਰ ਪੂਰਾ ਕਰਨ ਵਾਸਤੇ, ਇਹਨਾਂ ਉਦੇਸ਼ਾਂ ਜਿਹੜੇ ਆਪਾਂ ਉਦੇਸ਼ਾਂ ਲਈ ਯੋਜਨਾ ਬਣਾਉਂਦੇ ਆ, ਉਹਦੇ ਵਾਸਤੇ ਇੱਕ ਨਿਸ਼ਚਿਤ ਟਾਈਮ ਵੀ ਜਿਹੜਾ ਆ ਕੇਂਦਰੀ ਯੋਜਨਾ ਅਧਿਕਾਰੀ ਦੁਆਰਾ ਫਿਕਸ ਕੀਤਾ ਜਾਂਦਾ ਬਈ ਆਹ ਇਹ ਵਾਲਾ ਕੰਮ ਜੇ ਕਰਨਾ ਤੇ ਇਹਨੂੰ 2 ਸਾਲ ਲੱਗਣਗੇ, 3 ਜਾਂ 4 ਜਾਂ 5। ਇਸੇ ਕਰਕੇ ਜਿਹੜਾ ਜਿਹੜੀਆਂ ਪਲੈਨਿੰਗ ਜਿਹੜੀਆਂ ਯੋਜਨਾਵਾਂ ਬਣਾਈਆਂ ਗਈਆਂ, 5-5 ਸਾਲ ਦੀਆਂ ਯੋਜਨਾਵਾਂ ਜਿਹੜੀਆਂ 1950 ਤੋਂ ਸ਼ੁਰੂ ਕੀਤੀਆਂ ਗਈ ਸੀਆਂ ਬੇਟਾ, ਠੀਕ ਹੈ ਨਾ ਬਈ? ਪਹਿਲੀ 5 ਸਾਲਾ ਯੋਜਨਾ 'ਚ ਜਿਹੜਾ ਆ ਉਹ ਖੇਤੀ ਦੇ ਸਾਰਾ ਜ਼ੋਰ ਲਾਉਣਾ, ਖੇਤੀ ਦਾ ਵਿਕਾਸ ਕਰਨਾ। ਅਗਲੀਆਂ 5 ਯੋਜਨਾਵਾਂ ਬਣਾਤੀਆਂ, ਉੱਤੇ ਆਪਾਂ ਉਦਯੋਗਾਂ ਦਾ ਵਿਕਾਸ ਕਰਨਾ ਜੀ, ਇਸ ਤਰ੍ਹਾਂ ਅਗਲੀਆਂ 5 ਯੋਜਨਾ 'ਚ ਇਸ ਚੀਜ਼ ਦਾ ਵਿਕਾਸ ਕਰਨਾ। ਤੋ ਇਸੇ ਕਰਕੇ ਇਹਨਾਂ ਜਿਹੜੀਆਂ ਆਰਥਿਕ ਨਿਯੋਜਨ ਦੇ ਵਿੱਚ ਜਿਹੜਾ ਕੇਂਦਰੀ ਯੋਜਨਾ ਅਧਿਕਾਰੀ ਹੁੰਦਾ ਆ ਉਹ ਇਸ ਉਦੇਸ਼ਾਂ ਨੂੰ ਜਿਹੜਾ ਨਿਰਧਾਰਿਤ ਕਰਕੇ ਉਹਨਾਂ ਨੂੰ ਪ੍ਰਾਪਤ ਕਰਨ ਲਈ ਪਲੈਨਿੰਗ ਕਰਦਾ, ਯੋਜਨਾ ਬਣਾਉਂਦਾ ਇੱਕ ਨਿਸ਼ਚਿਤ ਸਮੇਂ 'ਚ ਵੀ ਇਹ ਵਾਲਾ ਕੰਮ ਇੰਨੇ ਸਮੇਂ 'ਚ ਕਰਨਾ, ਇਹ ਕੰਮ ਇੰਨੇ ਸਮੇਂ 'ਚ ਕਰਨਾ, ਠੀਕ ਹੈ ਜੀ? ਤੋ ਇਹ ਬੇਟਾ ਤੁਹਾਨੂੰ ਹੁਣ ਕਲੀਅਰ ਹੋ ਗਿਆ ਵੀ ਆਰਥਿਕ ਜਿਹੜਾ ਨਿਯੋਜਨ ਉਹਦਾ ਅਰਥ ਕੀ ਆ, ਪੂਰੀ ਤਰ੍ਹਾਂ ਐਕਸਪਲੇਨ ਕਰਾ ਦਿੱਤਾ। ਤੋ ਇਹਨੂੰ ਤੁਸੀਂ ਆਰਾਮ ਨਾਲ ਜੇਕਰ ਮੰਨ ਲਓ 5 ਨੰਬਰ ਦਾ ਵੀ ਆ ਜੇ ਆਰਥਿਕ ਨਿਯੋਜਨ ਦਾ ਕੀ ਅਰਥ ਹੈ, ਤਾਂ ਤੁਸੀਂ ਆਪਣੇ ਹਿਸਾਬ ਨਾਲ ਬਹੁਤ ਸੋਹਣਾ ਲਿਖ ਸਕਦੇ ਹੋ, ਬਹੁਤ ਵਧੀਆ ਲਿਖ ਸਕਦੇ ਹੋ। ਜੋ ਮੈਂ ਤੁਹਾਨੂੰ ਸਮਝਾਇਆ, ਜੋ ਤੁਹਾਨੂੰ ਯਾਦ ਰਹਿ ਗਿਆ, ਅਸਲੀ ਸਿੱਖਿਆ ਉਹੀ ਆ ਕਿ ਤੁਹਾਨੂੰ ਇੰਨਾ ਕੁਛ ਸਮਝਾਇਆ, ਇਹ 'ਚ ਤੁਸੀਂ ਉਹਨਾਂ 6 ਨੰਬਰ ਦਾ ਵੀ ਲਿਖ ਸਕਦੇ ਹੋ, 4 ਨੰਬਰ ਦਾ ਕੁਸ਼ਚਨ ਵੀ ਜੇ ਆ ਜੇ ਉਹ ਵੀ ਲਿਖ ਸਕਦੇ ਹੋ ਆਪਣੇ ਹਿਸਾਬ ਨਾਲ। ਤੋ ਬੇਟਾ ਹੁਣ ਆਪਾਂ ਦੇਖਦੇ ਕਿ ਯੋਜਨਾ ਆਯੋਗ ਕੀ ਹੈ, ਇਹਦੀ ਸਥਾਪਨਾ ਕਿਵੇਂ ਹੋਈ ਤੇ ਕਿਵੇਂ ਇਹਨੇ ਅੱਗੇ ਕੰਮ ਕੀਤਾ। ਦੇਖੋ ਆਪਾਂ ਜਾਣਦੇ ਹਾਂ ਕਿ ਦੇਸ਼ ਜਦੋਂ ਆਜ਼ਾਦ ਹੋਇਆ ਸੀ, ਅੰਗਰੇਜ਼ਾਂ ਦੇ ਹੱਥਾਂ 'ਚੋਂ ਨਿਕਲਿਆ ਸੀ, ਤਾਂ ਉਦੋਂ ਦੇਸ਼ ਦੇ ਜਿਹੜੇ ਆਰਥਿਕ ਹਾਲਾਤ ਹੈ ਉਹ ਬਹੁਤ ਜ਼ਿਆਦਾ ਖਰਾਬ ਸੀ, ਤੇ ਦੇਸ਼ ਨੂੰ ਉਹਨਾਂ ਮਾੜੇ ਹਾਲਾਤਾਂ ਦੇ ਵਿੱਚੋਂ ਬਾਹਰ ਕੱਢਣ ਲਈ, ਮਤਲਬ ਦੇਸ਼ ਦੇ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਲਈ, ਜਿਹੜੇ ਸਾਡੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਸਨ, ਉਹਨਾਂ ਦੀ ਪ੍ਰਧਾਨਗੀ ਦੇ ਵਿੱਚ ਯੋਜਨਾ ਆਯੋਗ ਦੀ ਸਥਾਪਨਾ ਕੀਤੀ ਗਈ, ਤਾਂ ਕਿ ਦੇਸ਼ ਨੂੰ ਵਿਕਾਸ ਦੀਆਂ ਲੀਹਾਂ ਦੇ ਉੱਤੇ ਤੋਰਿਆ ਜਾ ਸਕੇ, ਦੇਸ਼ ਦਾ ਜਿਹੜਾ ਉਹ ਵਿਕਾਸ ਕੀਤਾ ਜਾ ਸਕੇ। ਤੋ ਇਸ ਮਕਸਦ ਦੇ ਨਾਲ 1950 ਦੇ ਵਿੱਚ ਯੋਜਨਾ ਆਯੋਗ ਦੀ ਜਿਹੜੀ ਹੈ
स्थापना की गई सी। ते इस करके सब तो जिहड़ी पहली जिहड़ी योजना आ वो पहली योजना जिहड़ी 1951 तो शुरू की गई सी, तां उहदा जिहड़ा समां सी 1951 तो लैके 56 तक सी। ते इस तरह योजनावां अगे चलदियां गईयां। उत्ते बारहवीं की गल करिए, बारहवीं जिहड़ी योजना लास्ट वाली अखीरली योजना 2012 तो लैके 2017 तक चली, तो यह मतलब कुल योजनावां टोटल हो गई 12, पांच पांच साल वाली 12 योजनावां हो गई। तो ये पांच योजनावां जिहड़ियां एक एक साल वाली भी सी, तो टोटल 12 ते 5 17। जे आपां नूं पुछिया जावे भी जिहड़ा योजना आयोग स्थापित किया गया सी पंडित जवाहर लाल नहरू जी की प्रधानगी हेठ, ता उस तो उहदियां कितनियां योजनावां शुरू होईयां, पहली योजना कहड़ी सी, आखिरी कहड़ी सी, ठीक है, तो कुल कितनियां योजनावां सी, इस तरह के प्रश्न तुहानूं आ सकता है। ठीक है, तो पहली योजना आपां पता 1951 तो 56, तो उस तो बाद चलदियां रहियां। बारहवीं योजना 2012 तो 2017 तक, तो उहदे विच जिहड़ी एक एक साल दियां पंज योजनावां, 12 ते 5 17 योजनावां। तो इन्हां दा मेन जिहड़ा मकसद सी योजना आयोग नूं स्थापित करन दा, ते 5 साला योजनावां बनाईयां गईयां, इहदा मकसद इही सी कि देश की विकास की गति नूं तेज करना। जिवें कि हुणे आपां गल करके हटे हैं कि उदों देश का बहुत माड़ा हाल सी, ते इह सोचिया गया कि योजना आयोग बनेगा, ते योजना आयोग जिहड़ा आ उह देश दे विच वख-वख काम करेगा, जिवें खेती का विकास करेगा, उद्योगों का विकास करेगा, अनपढ़ता दूर करेगा, गरीबी दूर करेगा, अमीरी गरीबी के पाड़े को खत्म करेगा, लोगों के जीवन पद्धर उच्चा करेगा। तो यह सारिया चीज़ा जड़िया योजना आयोग ने मतलब इनू प्लैन किया कि आप साल योजनावां बना के वख-वख काम जिहड़े आ करने आ, पहली योजना च किहड़ा काम करना, दूजी च किहड़ा करना, तीसरी च किहड़ा करना। तो इस तरह ही लगातार ये जिहड़ा योजना आयोग का सिलसिला चलता रहा। तो इस तो बाद अगे आप गल करते हैं योजनावां की लोड़ क्यों पई। तो ये आप वैसे हम डिस्कस कर ही चुके हैं कि योजनावां बनाउण की लोड़ क्यों पई, इन्ना साल 1951 तो लैके 2017 तक जिहड़ा योजना आयोग स्थापित किया गया सी, किन्ने साल देखो काम किया गया देश के विकास लई, तो ये लोड़ क्यों पई। लोड़ इसे करके पई, आप हुणे दस चुके हैं, इहदे नाल रिलेटेड कोई क्वेश्चन भी आ सकता तुहानूं 2 नंबर का 4 नंबर का, कि योजनावां की जिहड़ी सानूं 5 साल योजनावां की लोड़ क्यों पई। आपां जानदे कि जदों देश आजाद होया सी उदों आजादी तो बाद जिहड़ा हालात बहुत खराब सी देश के, क्योंकि अंग्रेज़ां ने देश की हर पक्षों बहुत ज़्यादा लुट खसुट की सी, ते जिहड़ी भारत की अर्थव्यवस्था एक बड़ी पछड़ी जी अर्थव्यवस्था सी, बड़ी कमजोर अर्थव्यवस्था सी, ते देश नूं उहनां माड़े हालातों विच्चों बाहर कढ़न लई ते देश की विकास की गति नूं तेज करन वास्ते इह योजनावां दा जिहड़ा सहारा लैणा पिया। हुण तुसीं बेटा इह टेबल नूं ध्यान नाल देखो, मतलब एक नंबर का तुहानूं क्वेश्चन जिहड़ा कोई भी पुछिया जा सकदा, बड़ा आसान आ, इस टेबल तो तुसीं आराम नाल छोटे छोटे क्वेश्चन जिहड़े कर सकदे हो, ते योजना आयोग की जिहड़ी डेफिनेशन आ उहदा की अर्थ है, इस टेबल नूं देख के तुसीं आराम नाल याद कर सकदे हो। उहदी स्थापना 1950 ईस्वी च हुई, उहदे जिहड़े चेयरमैन सी उह अपने प्रधानमंत्री सी उस समय दे पंडित जवाहर लाल नहरू जी, उप चेयरमैन उह प्रधानमंत्री द्वारा ही नियुक्त किए गए सी, पहले जिहड़े सी उप चेयरमैन गुलजारी लाल नंदा जी सी, उस तो बाद हौली हौली बदलते भी गए। पहली योजना जिहड़ी सी उह 1951 तो 56 च जिहड़ी उहदा समां सी, बारहवीं योजना का समां सी 2012 तो 17 तक, ठीक है जी। तो ये 17 कुल योजनावां 17, वो तुहानूं पहला गल कर चुके कि पांच योजनावां एक एक साल दियां वी सी इहनां दे विच, ठीक है जी, 1951 तो लैके 2017 दे विच पांच योजनावां एक एक साल दियां सी, तो 12 ते 5 17 हो गईयां। तो इन्हों का मेन मकसद की सी, देश के विकास की गति नूं तेज करना। तो ये छोटे छोटे क्वेश्चन जिहड़े आ सकते हो, तुसीं बड़े आराम नाल इन्हां नूं कर सकते हो। लो बेटा हुण तुसीं इस टेबल नूं देखो बड़े ध्यान दे नाल, योजना आयोग दे द्वारा जिहड़ियां योजनावां 5 साल बनाईयां गईयां उहदी सारी डिटेल जिहड़ी आ इस टेबल दे विच आ। तां पहली योजना दा तो लैके ते जिहड़ी 12वीं योजना उहदा सारा ब्यौरा दित्ता आ, तुसीं बड़े ही ध्यान नाल इहनां नूं देखणा, ते नाल ही जिहड़ा उहदा पीरियड दित्ता आ, पहलां उहदा जिहड़ा
ਸਮਾਂ ਦਿੱਤਾ ਆ ਕਿ ਕਿਹੜੇ ਸਾਲ ਤੋਂ ਲੈ ਕੇ ਕਿਹੜੇ ਸਾਲ ਤੱਕ ਚੱਲੀ। ਫਿਰ ਬੇਟਾ ਅੱਗੇ ਦਿੱਤਾ ਉਹਦਾ ਮਤਲਬ ਪਹਿਲਾਂ ਯੋਜਨਾ ਦੱਸੀ ਹੈ, ਫਿਰ ਉਹਦਾ ਪੀਰੀਅਡ ਦੱਸਿਆ, ਉਸ ਤੋਂ ਬਾਅਦ ਤੀਸਰੇ ਕਾਲਮ 'ਚ ਉਹਦੇ ਓਬਜੈਕਟਿਵ। ਓਬਜੈਕਟਿਵ ਦਾ ਮਤਲਬ ਹੁੰਦਾ ਟੀਚੇ, ਉਦੇਸ਼। ਤੋ ਇਹ ਜਿਹੜੇ 5 ਸਾਲਾ ਯੋਜਨਾਵਾਂ ਦੇ ਇਹ ਟੀਚੇ ਸੀ, ਇਹ ਅਲਪਕਾਲੀਨ ਉਦੇਸ਼ ਸੀ। ਅਲਪਕਾਲੀਨ ਦਾ ਮਤਲਬ ਹੁੰਦਾ ਛੋਟੇ ਛੋਟੇ ਗੋਲ ਸੀ, ਵੀ ਕਿਸੇ ਗੋਲ ਨੂੰ 5 ਸਾਲ 'ਚ ਪੂਰਾ ਕਰਨਾ, ਕਿਸੇ ਨੂੰ 1 ਸਾਲ 'ਚ ਕਰਨਾ, ਕਿਸੇ ਨੂੰ 2 ਸਾਲ 'ਚ ਕਰਨਾ, ਠੀਕ ਹੈ। ਤੋ ਇਹ 12 ਯੋਜਨਾਵਾਂ, ਉਹਨਾਂ ਦਾ ਸਮਾਂ ਤੇ ਉਹਨਾਂ ਦੇ ਛੋਟੇ ਛੋਟੇ ਜਿਹੜੇ ਗੋਲ ਆ, ਓਬਜੈਕਟਿਵ, ਆਪਾਂ ਕਰਨਾ ਕੀ ਆ ਉਸ ਸਮੇਂ ਦੇ ਦੌਰਾਨ, ਆਪਾਂ ਕਰਨਾ ਕੀ ਆ ਉਹ ਅੱਗੇ ਦਿੱਤਾ ਹੋਇਆ। ਇਹਦੇ 'ਚ ਵੀ ਤੁਹਾਨੂੰ ਕੁਸ਼ਚਨ ਆ ਸਕਦਾ ਨਹੀਂ। ਇਹ ਜਿਹੜਾ ਕੁਸ਼ਚਨ ਆ, ਇਹ ਬੇਸਿਕਲੀ ਤੁਸੀਂ ਇਹ ਧਿਆਨ ਰੱਖੋ ਕਿ ਇਹ ਜਿਹੜੀ ਇਹ ਯੋਜਨਾਵਾਂ ਆ, ਉਹਦੇ ਟੀਚੇ ਆ, ਉਦੇਸ਼ ਆ, ਅਲਪਕਾਲੀਨ ਟੀਚੇ ਜਾਂ ਅਲਪਕਾਲੀਨ ਉਦੇਸ਼। ਅਲਪਕਾਲੀਨ ਮੈਂ ਛੋਟੇ ਛੋਟੇ ਉਦੇਸ਼। ਤੋ ਦੇਖੋ, ਪਹਿਲਾਂ ਸਭ ਤੋਂ ਪਹਿਲੀ ਯੋਜਨਾ ਦਾ ਸਮਾਂਕਾਲ 1951 ਤੋਂ 56, ਦੂਸਰੀ ਯੋਜਨਾ ਜਿਹੜੀ ਚੱਲੀ 56 ਤੋਂ 61, ਪਹਿਲਾਂ ਆਪਾਂ ਦੇਖ ਲਈਏ ਸਾਲ, ਤੀਸਰੀ ਯੋਜਨਾ 1961 ਤੋਂ 66, ਫਿਰ ਅੱਗੇ ਬੇਟਾ ਆ ਗਈਆਂ 3 1-ਸਾਲਾ ਯੋਜਨਾਵਾਂ ਚੱਲੀਆਂ, ਉਹ 1966 ਤੋਂ ਲੈ ਕੇ 69 ਤੱਕ ਚੱਲੀਆਂ, ਠੀਕ ਹੈ ਜੀ। ਫਿਰ ਚੌਥੀ ਜਿਹੜੀ ਯੋਜਨਾ 1969 ਤੋਂ 74, ਪੰਜਵੀਂ ਯੋਜਨਾ ਜਿਹੜੀ ਹੈ 1974 ਤੋਂ 79, ਫਿਰ ਛੇਵੀਂ ਯੋਜਨਾ 1979 ਤੋਂ 85, ਸੱਤਵੀਂ ਯੋਜਨਾ ਚੱਲਦਿਆਂ ਚੱਲਦਿਆਂ ਫਿਰ ਇੱਕ ਵਿੱਚ ਆ ਗਿਆ, ਆ ਦੇਖੋ 1990 ਤੋਂ 92, ਫਿਰ ਵਿੱਚ 2 ਸਾਲ ਦੀ ਇੱਕ ਇੱਕ ਦੋ ਯੋਜਨਾਵਾਂ 1-1 ਸਾਲ ਦੀਆਂ ਸੀ, ਠੀਕ ਹੈ, 3 ਉੱਪਰ ਸੀ ਤੇ 2 ਥੱਲੇ, 5 ਹੋ ਗਈਆਂ 1-1 ਸਾਲ ਦੀਆਂ। ਉਸ ਤੋਂ ਬਾਅਦ 8ਵੀਂ ਯੋਜਨਾ ਆ ਗਈ 92 ਤੋਂ 97, 9ਵੀਂ ਯੋਜਨਾ ਆ ਗਈ 97 ਤੋਂ 2002, 10ਵੀਂ ਯੋਜਨਾ ਜਿਹੜੀ ਆ ਗਈ 2002 ਤੋਂ 2007, 11ਵੀਂ ਯੋਜਨਾ 2007 ਤੋਂ 2012, 12ਵੀਂ ਯੋਜਨਾ 2012 ਤੋਂ 2017। ਤੋ ਇਹ ਜਿੰਨੀਆਂ ਵੀ ਯੋਜਨਾਵਾਂ ਉਹਦਾ ਬਿਊਰਾ ਦਿੱਤਾ ਹੋਇਆ, ਇਹ ਤੁਸੀਂ ਥੋੜ੍ਹੀ ਇੱਕ ਵਾਰੀ ਝਾਤ ਮਾਰ ਲੈਣੀ ਆ। ਤੁਹਾਨੂੰ ਪਤਾ ਹੀ ਹੈ ਪਹਿਲੀ ਯੋਜਨਾ ਤੇ ਐਂਡ ਵਾਲੀ ਯੋਜਨਾ, ਪਤਾ ਹੀ ਹੈ 5-5 ਸਾਲ ਦਾ ਗੈਪ ਪਾ ਕੇ, ਬਸ ਸਿਰਫ ਧਿਆਨ ਰੱਖਣਾ ਕਿ ਵਿੱਚ ਜਿਹੜੀਆਂ ਯੋਜਨਾਵਾਂ ਚੱਲੀਆਂ 3 ਸਾਲ ਦੀਆਂ, 3 ਯੋਜਨਾਵਾਂ 1-1 ਸਾਲ ਦੀਆਂ 1966 ਤੋਂ 69, ਤੇ ਉਸ ਤੋਂ ਬਾਅਦ 2 ਫਿਰ 1-1 ਸਾਲ ਦੀਆਂ 1990 ਤੋਂ 92, ਬਾਕੀ ਉਸ ਤਰ੍ਹਾਂ ਹੀ 5-5 ਸਾਲ ਦੀਆਂ ਚੱਲਦੀਆਂ, 12 ਹੋ ਗਈਆਂ ਤੇ 5 1-1 ਸਾਲ ਦੀ, ਆਪਾਂ ਪਹਿਲਾਂ ਵੀ ਕਰ ਚੁੱਕੇ, ਟੋਟਲ 17 ਯੋਜਨਾਵਾਂ। ਤੇ ਅੱਗੇ ਹੁਣ ਜਿਹੜੇ ਉਹਦੇ ਓਬਜੈਕਟਿਵ ਦਿੱਤੇ ਨੇ, ਉਦੇਸ਼, ਟੀਚੇ, ਵੀ ਇਹਨਾਂ 5-5 ਸਾਲਾਂ 'ਚ ਜਾਂ 1-1 ਸਾਲਾਂ 'ਚ ਅਸੀਂ ਕਿਹੜਾ ਕਿਹੜਾ ਜਿਹੜਾ ਯੋਜਨਾ ਆਯੋਗ ਨੇ ਕੰਮ ਕਰਨਾ। ਤੋ ਸਭ ਤੋਂ ਪਹਿਲਾਂ ਆਪਾਂ ਦੇਖੀਏ ਕਿ ਪਹਿਲੀ ਜਿਹੜੀ ਯੋਜਨਾ ਸੀ ਉਹਦੇ ਵਿੱਚ ਕਿਹੜਾ ਟੀਚਾ ਮਿੱਥਿਆ ਗਿਆ, ਉਹਦੇ 'ਚ ਕੀ ਸੋਚਿਆ ਗਿਆ ਵੀ ਕੀ ਕਰਨਾ ਸਰਕਾਰ ਨੇ, ਠੀਕ ਹੈ, ਜਾਂ ਯੋਜਨਾ ਆਯੋਗ ਨੇ। ਤੋ ਪਹਿਲਾਂ ਜਿਹੜੀ ਯੋਜਨਾ 5 ਸਾਲ ਦੀ ਬਣਾਈ ਗਈ 1951 ਤੋਂ 56, ਉਹਦਾ ਮੇਨ ਮਕਸਦ ਇਹ ਸੀ ਕਿ ਖੇਤੀ ਦਾ ਵਿਕਾਸ ਕਰਨਾ, ਕਿਉਂਕਿ ਬੇਟਾ ਜਦੋਂ 1947 'ਚ ਦੇਸ਼ ਆਜ਼ਾਦ ਹੋਇਆ, ਉਸ ਤੋਂ ਬਾਅਦ ਜਿਹੜੀ ਅਰਥ ਵਿਵਸਥਾ ਪਛੜੀ ਹੋਈ ਸੀ, ਖੇਤੀ ਦਾ ਬਹੁਤ ਮਾੜਾ ਹਾਲ ਸੀ, ਤੇ ਸਭ ਤੋਂ ਪਹਿਲਾਂ ਯੋਜਨਾ ਆਯੋਗ ਨੇ ਇਹੀ ਸੋਚਿਆ ਕਿ ਸਭ ਤੋਂ ਪਹਿਲਾਂ ਐਗਰੀਕਲਚਰ ਨੂੰ, ਖੇਤੀ ਨੂੰ ਉੱਪਰ ਚੱਕਿਆ ਜਾਵੇ। ਤੋ ਪਹਿਲੀ 5 ਸਾਲਾ ਯੋਜਨਾ ਦੇ ਵਿੱਚ ਖੇਤੀ ਦੇ ਵਿਕਾਸ ਨੂੰ ਜਿਹੜੀ ਅਹਿਮੀਅਤ ਦਿੱਤੀ ਗਈ ਕਿ ਅਨਾਜ ਦੀ ਸਮੱਸਿਆ ਨੂੰ ਅਹਿਮੀਅਤ ਦਿੱਤੀ ਗਈ ਵੀ ਦੇਸ਼ ਦੇ ਵਿੱਚ ਵੱਧ ਤੋਂ ਵੱਧ ਮੈਕਸੀਮਮ ਅਨਾਜ ਪੈਦਾ ਕੀਤਾ ਜਾਵੇ, ਖੇਤੀ ਤੇ ਜਿਹੜੀ ਆ ਨਿਰਭਰਤਾ, ਖੇਤੀ ਦੇ ਜਿੰਨੇ ਵੀ ਉਤਪਾਦਨ ਉੱਤੇ ਅਸੀਂ ਆਤਮ ਨਿਰਭਰ ਹੋ ਜਾਈਏ, ਠੀਕ ਆ, ਸਭ ਤੋਂ ਪਹਿਲਾਂ ਇਸੇ ਹੀ ਕੰਮ ਤੇ ਜ਼ੋਰ ਦਿੱਤਾ ਗਿਆ ਪਹਿਲੀ ਯੋਜਨਾ ਵਿੱਚ ਮੇਨ। ਤੋ ਇਹ ਤੁਸੀਂ ਯਾਦ ਰੱਖਣਾ, ਠੀਕ ਹੈ, ਪਹਿਲੀ ਯੋਜਨਾ ਤੇ ਕਿਸ ਚੀਜ਼ ਤੇ ਜ਼ੋਰ ਦਿੱਤਾ ਗਿਆ, ਖੇਤੀ ਤੇ। ਉਸ ਤੋਂ ਬਾਅਦ ਬੇਟਾ ਆ ਗਈ ਜੀ ਦੂਸਰੀ ਯੋਜਨਾ, ਦੂਸਰੀ ਯੋਜਨਾ 1956 ਤੋਂ 61। ਦੂਸਰੀ ਯੋਜਨਾ ਦੇ ਵਿੱਚ ਜਿਹੜਾ ਜ਼ੋਰ ਦਿੱਤਾ ਗਿਆ, ਪਹਿਲਾਂ ਉਹਨਾਂ 5 ਸਾਲ ਲੱਗ ਗਏ ਸੀ ਜਿਹੜੇ ਯੋਜਨਾ ਆਯੋਗ ਨੇ ਖੇਤੀ ਤੇ ਜ਼ੋਰ ਦਿੱਤਾ, ਵੀ ਸਰਕਾਰ ਨੇ ਖੇਤੀ ਦੇ ਵਿਕਾਸ ਲਈ 5 ਸਾਲ ਆਪਣਾ ਪੂਰੀ ਵਾਹ ਲਾ ਦਿੱਤੀ। ਉਸ ਤੋਂ ਬਾਅਦ ਦੂਜੀ ਯੋਜਨਾ ਦਾ ਜਿਹੜਾ ਕੀ ਸੀ ਮਕਸਦ, ਉਦੇਸ਼ ਕੀ ਸੀ, ਟੀਚਾ ਕੀ ਸੀ, ਕੀ ਕਰਨਾ ਹਾਸਿਲ, ਭਈ ਉਦਯੋਗਾਂ ਦਾ ਜਿਹੜਾ ਨਾ, ਉਦਯੋਗਾਂ ਦਾ ਵਿਕਾਸ ਕਰਨਾ, ਉਦਯੋਗਾਂ ਨੂੰ ਉੱਪਰ ਚੱਕਣਾ, ਠੀਕ ਹੈ, ਉਹ ਭਾਵੇਂ ਛੋਟੇ ਉਦਯੋਗ ਹੋਣ, ਆਧਾਰਭੂਤ ਉਦਯੋਗ ਜਾਂ ਭਾਰੀ ਉਦਯੋਗ, ਉਹਨਾਂ ਦਾ ਵਿਕਾਸ ਕਰਨਾ, ਕਿਉਂਕਿ ਜਿਹਨਾਂ ਉਦਯੋਗਾਂ ਦਾ ਵਿਕਾਸ ਹੋਏਗਾ ਉਹਨਾਂ ਉਤਪਾਦਨ ਵੱਧ ਹੋਊਗਾ ਦੇਸ਼ 'ਚ, ਦੇਸ਼ 'ਚ ਉਤਪਾਦਨ ਵੱਧ ਹੋਏਗਾ, ਦੇਸ਼ ਦੀ ਆਮਦਨ ਵਧੇਗੀ। ਤੋ ਇਹੀ ਸੋਚਿਆ ਗਿਆ ਵੀ ਇੰਡਸਟਰੀਜ਼ ਜਿਹੜੀਆਂ ਵੱਧ ਤੋਂ ਵੱਧ ਲਾਈਆਂ ਜਾਣ। ਇਹ ਸੀ ਬੇਟਾ ਦੂਜੀ ਯੋਜਨਾ ਦੇ ਵਿੱਚ, ਪਹਿਲੀ ਯੋਜਨਾ ਖੇਤੀ, ਦੂਜੀ ਯੋਜਨਾ ਉਦਯੋਗਾਂ ਦਾ ਵਿਕਾਸ। ਤੀਸਰੀ ਯੋਜਨਾ ਦੇ ਵਿੱਚ ਕੀ ਸੋਚਿਆ ਗਿਆ ਕਿ ਜਿਹੜਾ ਅਨਾਜ ਦੇ ਮਾਮਲੇ ਵਿੱਚ ਦੇਸ਼ ਆਤਮ ਨਿਰਭਰ ਹੋਵੇ,
तीसरी योजना का यह मकसद से भी अनाज के मामले दे विच साडा देश जिहड़ा वो आत्म निर्भर होना चाहिए, वो भी मतलब खेती नाल संबंधित सी। चौथी योजना दे विच हैगा सी कि जिहड़े मनुखी साधन है उन्हां दा पूरा पूरा प्रयोग किया जाए हर काम दे विच, ठीक है, मनुखी साधना दा। पंजवीं योजना बहुत इंपॉर्टेंट है, उहदे च मेन ये लै गया सी भी गरीबी नूं किवें असी दूर करना, गरीबी नूं दूर करन वास्ते किहड़े किहड़े उपराले किते जाण, ये पंजवीं योजना दा जिहड़ा सी टीचा सी। छेवीं योजना दा भी टीचा इही सी गरीबी। तो तुसीं याद रखना पंजवीं ते छेवीं योजना दे विच मेन गरीबी नूं दूर करन वास्ते जिहड़े उपराले किते गए, नीतियां बणाईआं गईआं। ते सतवीं योजना दे विच उहदे विच जिहड़ियां रुजगार दीआं वख-वख सहूलतां नूं किवें सारे देश दे विच दित्तियां जा सकदियां, रुजगार दीआं सहूलतां उस वास्ते की करना, किहड़ियां-किहड़ियां पॉलिसियां बणाउणियां, ये सतवीं योजना च। तो अठवीं योजना च भी फुल इंप्लायमेंट, ठीक है। तो उस तो बाद जिहड़ी सिक्ख्या दा जिहड़ी आ यूनिवर्सलाइजेशन ऑफ एजुकेशन, भी सिक्ख्या घर घर पहुँचनी चाहिए अठवीं योजना च, रुजगार ते सिक्ख्या ये अठवीं योजना च याद रखो। फिर आ गई बेटा अगे नौवीं योजना दे विच जिहड़ा वो ये वेख्या गया भी असी हुण कीमतां बहुत वध रहीआं आ, कीमतां ते किवें कंट्रोल कीता जावे। तो दूसरा जिहड़ा मुद्दा सी वो वातावरण का सी कि वातावरण की सांभ संभाल किवें कीती जावे, जिहड़ा सस्टेन धारनी विकास सस्टेनेबल डिवेलपमेंट किवें कीती जावे, भी विकास भी होवे ते साडे देश दे कुदरती साधनां नूं नुकसान भी ना पहुंचे, ये जिहड़ा सी नौवीं योजना का हैगा सी टीचा। उस तो बाद जिहड़ी सी दसवीं योजना सी कि जिन्ने भी लोग आ उन्हां दे जीवन पद्धर नूं किवें उच्चा चक्किया जावे, उन्हें लोगों के जीवन की गुणवत्ता किवें सुधार उहदे च लिआंदा जावे, तां उहदे वास्ते फिर जिन्ने भी उपराले करने सी सरकार ने दसवीं योजना दे विच कीते, ठीक है। जिहड़ी ग्यारहवीं योजना सी उहदे विच फिर उही कि कीमतां नूं किवें कंट्रोल करना, जॉब दे क्रिएशन भी नौकरियां नूं किवें अवेलेबल कराना लोगों नूं, वातावरण भी उहदे विच मुद्दा सी। ते बारहवीं योजना दे विच सी मतलब देश का जिहड़ा आ एक लंबे समय तक देश नूं विकास दीआं लीहां ते किवें तोरिया जा सकदा, तो ये बारहवीं योजना का जिहड़ा सी हैगा सी उद्देश सी। तो ये तुसीं देख सकते हो बेटा सारिया योजनावां दे विच एक एक उद्देश तुसीं लिख सकते हो, ज़्यादा ना लिखो, तुहानूं वैसे ही याद होए ना पहली योजना का की सी एग्रीकल्चर, दूजी का जिहड़ा सी ओह इंडस्ट्री सी, तीसरी दे विच सैल्फ सफिशेंसी सी इन फूड प्रोडक्शन, फिर इस तरह पंजवीं ते छेवीं योजना च गरीबी, सतवीं च जिहड़ी आ रुजगार सहूलतां, अठवीं दे विच जिहड़ा सी एजुकेशन, ते नौवीं दे विच प्राइस स्टेबिलिटी ते एनवायरमेंट। इस तरह थोड़ा थोड़ा तुसीं एक एक लाइन जिहड़ी आ ओह एक एक दो दो लाइन इहनां च याद कर सकदे हो, तां आह तुहाडा जिहड़ा ना हैगा आ उनकी कहिंदे आ आह तुहाडा क्वेश्चन कंप्लीट हो गया बेटे कि योजनावां जिहड़ियां दा उहदे अल्पकालीन उद्देश, 5 साल योजनावां दे अल्पकालीन उद्देश किहड़े किहड़े ने, वो तुसीं थोड़ा बहुत योजनावां दे साल याद करके उहदे च एक किहड़ा किहड़ा टीचा सी ओह अगे दित्ता आ वो तुहानूं मैं समझा भी दिता, इहनूं तुसीं बड़े आराम नाल इस क्वेश्चन जिहड़ा वड्डा आ सकदा। अगे तुसीं आ चित्र राही प्रस्तुतिकरण देखियो, इहदे च ज़्यादा टेंशन लैण दी लोड़ नहीं, सिर्फ एक जस्ट आइडिया तुसीं लाउणा कि किवें अपनियां योजनावां चलियां ते किवें देखो जिहड़ियां ओह बाहर है उपर उपर नूं जा रहीआं, मतलब ये भी एक बने जी नीली लाइन आ टारगेट की आ टारगेट का मैं उद्देश, तो जी लाल लाइन लाल जी बार जा रही है वह प्राप्ति भी उन्होंने प्राप्त किया कि नहीं, किन्ना प्राप्त किया। हुण शुरू तो देख लो कि लाइन नीचे है कि उपर आ, पहली योजना के नीली लाइन थले आ मतलब जो असी सोचा सी करना चाहिए उस तो वध किया, लाल उपर चलेगी। फिर दूजी योजना जो ही सोचा सी उस तो थोड़ा थले आ, तीसरी योजना च देखो बेटा जो असी सोचा सी उस तो बहुत थले रहे वो चीज़ प्राप्त नहीं, चौथी च इस तरह करद्या देखो अगे जिहड़ी है नीली लाइन जो असी सोचा सी किते वध है किते घट है, किते उद्देश प्राप्त होए आ किते घट प्राप्त होए आ, ते ये साडियां योजनावां दे विच तुसी ये ग्राफ राही थोड़ा जिहा आइडिया ला सकदे हो कि किवें सरकार जिहड़ी योजनावां बणाउंदी आ। कई वारी सोचदी भी आ उद्देश मिथे आ, प्राप्त टीचा करना है, बेरोजगारी नूं दूर करना, पर उह नहीं होई दूर, ठीक है जी, ये अपना लोगों के जीवन पद्धर नूं सुधारना वो नहीं सुधरिया, उद्योगों का विकास करना पर उन्ना नहीं होया, खेती का विकास करना कई बार वध भी हो जाता कई बार घट भी, इस चित्र तो थोड़ा जिहा ये आइडिया लग जाता।
तो प्यारे विद्यार्थियों, मैनूं पूरी उम्मीद है कि तुसी इस लैक्चर नूं बहुत चंगी तरह समझिया होगा। अगली वीडियो दे विच असी इसे लैसन का दूसरा पार्ट करांगे, जिहदे च असी 5 साला योजनावां दे दीर्घकालीन उद्देशों बारे गलबात करांगे, 5 साला योजनावां दीआं सफलतावां असफलतावां बारे गल करांगे, ते उस तों बाद असी नीति आयोग बारे भी गल करांगे। तो अगली वीडियो च फिर मिलांगे। बहुत बहुत धन्यवाद।